ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ ਟੋਟਕੇ ਦੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਜਿਸ ਤਰ੍ਹਾਂ ਕਿ ਕੱਲ ਵੀਡੀਓ ਪਾਈ ਸੀ ਉਸਦਾ ਪਾਰਟ 2 ਹੈ, ਉਹਦੇ ਵਿੱਚ ਅਸੀਂ ਦੱਸਿਆ ਸੀ ਕਿ ਤੁਹਾਡਾ ਬੁਢਾਪਾ ਕਿਸ ਤਰ੍ਹਾਂ ਦਾ ਬੀਤੇਗਾ, ਸਭ ਨੂੰ ਰਹਿੰਦਾ ਹੈ ਕਿ ਸਾਡਾ ਫਿਊਚਰ ਜਦੋਂ ਅਸੀਂ ਓਲਡ ਏਜ ਵਿੱਚ ਆ ਜਾਵਾਂਗੇ, ਜਦੋਂ ਸਾਡੇ ਵਿੱਚ ਹਿੰਮਤ ਨਹੀਂ ਰਹਿੰਦੀ ਹੈ ਕਿ ਕੁਝ ਪਰੇਸ਼ਾਨੀਆਂ ਆ ਜਾਣ, ਉਸਦਾ ਸਾਹਮਣਾ ਕਰ ਸਕੀਏ, ਤੇ ਸਭ ਦੇ ਅੰਦਰ ਇਹ ਉਤਸੁਕਤਾ ਰਹਿੰਦੀ ਹੈ ਕਿ ਸਾਡਾ ਬੁਢਾਪਾ ਕਿਸ ਤਰ੍ਹਾਂ ਦਾ ਬੀਤੇਗਾ। ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਤੁਹਾਡੀ ਰਾਸ਼ੀ ਦੇ ਅਨੁਸਾਰ ਦੱਸਣ ਵਾਲੇ ਹਾਂ ਤੁਹਾਡਾ ਬੁਢਾਪਾ ਕਿਸ ਤਰ੍ਹਾਂ ਦਾ ਬੀਤੇਗਾ, ਤੁਹਾਡੇ ਬੱਚੇ ਤੁਹਾਡੇ ਨਾਲ ਰਹਿਣਗੇ ਜਾਂ ਕਿਸ ਤਰ੍ਹਾਂ, ਜੋ ਵੀ ਹੈ ਪੂਰੀ ਜਾਣਕਾਰੀ ਦੇਣ ਵਾਲੇ ਹਾਂ। ਕੱਲ ਦੀ ਰਾਸ਼ੀ ਵਿੱਚ ਮੈਂ 6 ਰਾਸ਼ੀਆਂ ਦੇ ਬਾਰੇ ਉਹਨਾਂ ਦਾ ਫਿਊਚਰ ਦੱਸਿਆ ਸੀ ਕਿ ਉਹਨਾਂ ਦਾ ਬੁਢਾਪਾ ਕਿਸ ਤਰ੍ਹਾਂ ਬੀਤੇਗਾ। ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਰਾਸ਼ੀ ਤੁਲਾ ਰਾਸ਼ੀ ਤੋਂ, ਲਿਬਰਾ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਹਾਂ। ਤਾਂ ਦੇਖੋ ਜੀ, ਤੁਲਾ ਰਾਸ਼ੀ ਵਾਲਿਆਂ ਨੂੰ ਬੁਢਾਪੇ ਵਿੱਚ ਪੈਸਿਆਂ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਰਕੇ ਤੁਸੀਂ ਹੁਣੇ ਤੋਂ ਹੀ ਆਪਣੀ ਸੇਵਿੰਗ ਕਰਨੀ ਪੈਸਿਆਂ ਦੀ ਸ਼ੁਰੂ ਕਰ ਦੋ, ਤੇ ਮਰਨ ਤੱਕ ਤੁਸੀਂ ਇਹ ਪੈਸੇ ਜਾਂ ਜਾਇਦਾਦ ਕਿਸੇ ਨੂੰ ਵੀ ਕਿਸੇ ਦੇ ਆਪਣੇ ਬੱਚਿਆਂ ਜਾਂ ਕਿਸੇ ਦੇ ਨਾਮ ਤੇ ਨਾ ਕਰੋ, ਕਿਉਂਕਿ ਇਹ ਤੁਹਾਡੇ ਵਾਸਤੇ ਬੜੀ ਵੱਡੀ ਸੀਖ ਹੈ, ਤੁਹਾਡੇ ਵਾਸਤੇ ਚੇਤਾਵਨੀ ਹੈ ਕਿ ਜਦੋਂ ਤੱਕ ਤੁਹਾਡੇ ਹੱਥ ਪੈਰ ਚੱਲ ਰਹੇ ਹਨ ਉਦੋਂ ਤੱਕ ਤੁਸੀਂ ਕੋਈ ਵੀ ਆਪਣੀ ਜਾਇਦਾਦ, ਆਪਣੀ ਪ੍ਰਾਪਰਟੀ, ਆਪਣਾ ਮਕਾਨ ਕਿਸੇ ਦੇ ਵੀ ਨਾਮ ਤੇ ਨਾ ਕਰੋ। ਜੇਕਰ ਤੁਸੀਂ ਇਹ ਗਲਤੀ ਕਰ ਦਿੱਤੀ ਤਾਂ ਹੋ ਸਕਦਾ ਹੈ ਤੁਹਾਡਾ ਬੁਢਾਪਾ ਬੜਾ ਹੀ ਕਸ਼ਟਦਾਇਕ ਹੋਏ। ਤੁਹਾਡਾ ਮਨ ਨੂੰ ਇਕਦਮ ਇਕਾਗਰ ਕਰਨਾ ਇੱਕ ਬੜੀ ਹੀ ਟੇੜੀ ਖੀਰ ਹੈ, ਸਮਝੋ। ਕਹਿਣ ਦਾ ਮਤਲਬ, ਜਲਦੀ ਤੁਹਾਡਾ ਧਿਆਨ ਲੱਗਦਾ ਨਹੀਂ ਹੈ, ਪਰ ਇੱਕ ਜਗ੍ਹਾ ਤੇ ਜਦੋਂ ਤੁਹਾਡਾ ਧਿਆਨ ਲੱਗ ਗਿਆ ਤਾਂ ਬੜੇ ਹੀ ਅਦਭੁਤ ਤੁਸੀਂ ਕੰਮ ਕਰ ਜਾਂਦੇ ਹੋ। ਆਪਣੇ ਮਨ ਨੂੰ ਕੰਟਰੋਲ ਕਰਨ ਵਿੱਚ, ਮਨ ਚ ਧਿਆਨ ਲਗਾਉਣ ਵਾਸਤੇ ਤੁਸੀਂ ਕੀ ਕਰਨਾ ਹੈ, ਕਿਸੇ ਵੀ ਪ੍ਰਕਾਰ ਦਾ ਨਸ਼ੇ ਦਾ ਸੇਵਨ ਨਹੀਂ ਕਰਨਾ ਹੈ। ਜੇਕਰ ਤੁਸੀਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਦੇ ਹੋ ਤਾਂ ਅੱਜ ਤੋਂ ਹੀ ਉਸ ਨੂੰ ਛੱਡ ਦਿਓ, ਕਿਉਂਕਿ ਉਹ ਤੁਹਾਡੇ ਵਾਸਤੇ ਨੁਕਸਾਨਦਾਇਕ ਹੋ ਸਕਦਾ ਹੈ। ਜਿਆਦਾ ਤੋਂ ਜਿਆਦਾ ਗੁਲਾਬੀ ਤੇ ਆਸਮਾਨੀ ਰੰਗ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਾਂ ਫਿਰ ਉਹਦੇ ਕੱਪੜੇ ਪਾਣੇ ਚਾਹੀਦੇ ਹਨ। ਹੁਣ ਗੱਲ ਕਰਦੇ ਹਾਂ ਵ੍ਰਿਸ਼ਚਕ ਰਾਸ਼ੀ ਯਾਨੀ ਕਿ ਸਕੋਰਪੀਓ। ਵ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਆਪਣੇ ਬੁਢਾਪੇ ਵਿੱਚ ਸੁੱਖ ਔਰ ਦੁੱਖ ਦੋਨੋਂ ਹੀ ਮਹਿਸੂਸ ਹੁੰਦੇ ਹਨ। ਬਸ ਇੰਨਾ ਸਮਝ ਲਓ ਕਿ ਇਹਨਾਂ ਦੇ ਦੁੱਖ ਦੇ ਦਿਨ ਘੱਟ ਹੁੰਦੇ ਹੈ ਤੇ ਸੁੱਖ ਦੇ ਪਲ ਜ਼ਿਆਦਾ ਹੁੰਦੇ ਹਨ। ਕਹਿਣ ਦਾ ਮਤਲਬ, ਤੁਹਾਡਾ ਬੁਢਾਪਾ ਉਤਾਰ ਔਰ ਚੜਾਵ ਵਾਲਾ ਰਹੇਗਾ। ਕਦੀ ਤੁਹਾਡੇ ਬੁਢਾਪੇ ਵਿੱਚ ਸੁੱਖ ਆਏਗਾ ਤੇ ਕਦੀ ਤੁਹਾਡੇ ਬੁਢਾਪੇ ਵਿੱਚ ਦੁੱਖ ਆਏਗਾ। ਜ਼ਿਆਦਾਤਰ ਦੇਖਿਆ ਜਾਵੇ ਤਾਂ ਇਹਨਾਂ ਦਾ ਮਨ ਬੜੀ ਜਲਦੀ ਇੱਕ ਜਗ੍ਹਾ ਤੇ ਲੱਗ ਜਾਂਦਾ ਹੈ, ਪਰ ਇਹ ਦੂਸਰਿਆਂ ਦੀ ਚਿੰਤਾ ਵਿੱਚ ਬਹੁਤ ਜ਼ਿਆਦਾ ਕੇਅਰ ਕਰਦੇ ਹਨ। ਦੂਸਰਿਆਂ ਦੇ ਦੁੱਖ ਨੂੰ ਵਿੱਚ ਆਪ ਚਿੰਤਿਤ ਹੋ ਜਾਂਦੇ ਹਨ। ਤੁਹਾਨੂੰ ਆਪਣੇ ਮਨ ਨੂੰ ਇਕਾਗਰ ਕਰਨ ਲਈ, ਇੱਕ ਜਗ੍ਹਾ ਤੇ ਲਗਾਉਣ ਲਈ ਲਾਲ ਰੰਗ ਦਾ ਪ੍ਰਯੋਗ ਜ਼ਿਆਦਾ ਕਰਨਾ ਚਾਹੀਦਾ ਹੈ। ਲਾਲ ਰੰਗ ਦੇ ਕੱਪੜੇ ਪਾਓ, ਹਲਕਾ ਲਾਲ, ਗਾੜਾ ਲਾਲ, ਲਾਲ ਰੰਗ ਦੇ ਕੱਪੜੇ ਪਾਓ। ਇਸ ਦੇ ਨਾਲ ਨਾਲ ਤੁਹਾਨੂੰ ਕੇਲੇ ਦਾ ਸੇਵਨ ਕਰਨਾ ਚਾਹੀਦਾ ਹੈ। ਕੇਲੇ ਦੇ ਸੇਵਨ ਕਰਨ ਨਾਲ ਤੁਹਾਡੀ ਹੈਲਥ ਅੱਛੀ ਰਹੇਗੀ। ਹੁਣ ਆਪਾਂ ਗੱਲ ਕਰਦੇ ਹਾਂ ਸੈਜੀਟੇਰੀਅਸ ਯਾਨੀ ਕਿ ਧਨੂ ਰਾਸ਼ੀ ਵਾਲਿਆਂ ਦਾ ਬੁਢਾਪਾ ਕਿਸ ਤਰ੍ਹਾਂ ਦਾ ਹੋਵੇਗਾ। ਧਨੂ ਰਾਸ਼ੀ ਵਾਲੇ ਆਪਣੇ ਬੁਢਾਪੇ ਵਿੱਚ ਆਪਣੇ ਜਿਹੜੇ ਕਰੀਬੀ ਰਿਸ਼ਤੇਦਾਰ ਹੈ ਉਹਨਾਂ ਦੇ ਬਿਲਕੁਲ ਨੇੜੇ ਰਹਿਣਗੇ, ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਦੀ ਸੇਵਾ ਕਰਨਗੇ। ਇਸ ਕਰਕੇ ਇਹ ਆਪਣੀ ਲਾਈਫ ਦੇ ਛੋਟੇ ਮੋਟੇ ਦੁੱਖ ਵੀ ਜਲਦੀ ਹੀ ਭੁਲਾ ਦੇਣਗੇ। ਇਸ ਦਾ ਮਤਲਬ, ਧਨੂ ਰਾਸ਼ੀ ਵਾਲੇ ਬਹੁਤ ਲੱਕੀ ਹਨ, ਉਹਨਾਂ ਦਾ ਬੁਢਾਪਾ ਬੜਾ ਅੱਛਾ ਤੇ ਖੁਸ਼ਨੁਮਾ ਕੱਟਣ ਵਾਲਾ ਹੈ। ਤੁਹਾਡੇ ਬੱਚੇ ਤੁਹਾਡੀ ਸੇਵਾ ਬਹੁਤ ਕਰਨ ਵਾਲੇ ਹਨ।
ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਤੁਹਾਨੂੰ ਪੀਲੇ ਰੰਗ ਦੇ ਕੱਪੜਿਆਂ ਦਾ ਤੇ ਪੀਲੇ ਰੰਗ ਦੀ ਵਸਤੂਆਂ ਦਾ ਜ਼ਿਆਦਾ ਪ੍ਰਯੋਗ ਕਰਨਾ ਚਾਹੀਦਾ ਹੈ। ਨਾਲ ਦੇ ਨਾਲ ਤੁਹਾਨੂੰ ਫਲ ਫਰੂਟ ਖਾਣੇ ਚਾਹੀਦੇ ਹਨ, ਉਹਨਾਂ ਦਾ ਸੇਵਨ ਕਰਨਾ ਚਾਹੀਦਾ ਹੈ। ਉਸ ਦੇ ਨਾਲ ਤੁਹਾਡੀ ਹੈਲਥ ਵੀ ਅੱਛੀ ਰਹੇਗੀ ਔਰ ਤੁਸੀਂ ਐਕਟਿਵ ਵੀ ਮਹਿਸੂਸ ਕਰੋਗੇ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕੈਪਰੀਕੋਨ ਯਾਨੀ ਕਿ ਮਕਰ ਰਾਸ਼ੀ ਵਾਲਿਆਂ ਦਾ ਬੁਢਾਪਾ ਕਿਸ ਤਰ੍ਹਾਂ ਦਾ ਰਹੇਗਾ। ਉਸ ਤੋਂ ਪਹਿਲੇ ਜੇਕਰ ਤੁਸੀਂ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਤੇ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ। ਹੁਣ ਗੱਲ ਕਰਦੇ ਹਾਂ ਮਕਰ ਰਾਸ਼ੀ ਵਾਲਿਆਂ ਦੀ, ਤਾਂ ਮਕਰ ਰਾਸ਼ੀ ਵਾਲਿਆਂ ਦਾ ਬੁਢਾਪਾ ਬੜਾ ਹੀ ਬਿੰਦਾਸ ਰਹਿਣ ਵਾਲਾ ਹੈ। ਕਹਿਣ ਦਾ ਮਤਲਬ ਕਿ ਯੰਗ ਏਜ ਵਿੱਚ ਜਿਸ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਜੀ ਰਹੇ ਹੋ ਤਾਂ ਬੁਢਾਪੇ ਵਿੱਚ ਵੀ ਤੁਸੀਂ ਉਸੀ ਤਰ੍ਹਾਂ ਹੀ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋਗੇ। ਮਕਰ ਰਾਸ਼ੀ ਵਾਲੇ ਬੁਢਾਪੇ ਵਿੱਚ ਵੀ ਆਪਣੀ ਮਨ ਮਰਜ਼ੀ ਦੇ ਸਾਰੇ ਕੰਮ ਕਰ ਪਾਣਗੇ। ਕੋਈ ਰੋਕੇਗਾ ਨਹੀਂ, ਕੋਈ ਟੋਕੇਗਾ ਨਹੀਂ। ਘਰ ਦੇ ਛੋਟੇ ਇਹਨਾਂ ਨੂੰ ਪੂਰੀ ਇੱਜ਼ਤ ਦੇਣਗੇ, ਪੂਰਾ ਮਾਨ ਸਨਮਾਨ ਦੇਣਗੇ। ਬਹੁਤ ਹੀ ਜ਼ਿਆਦਾ ਕਿਸਮਤ ਵਾਲੇ ਹੋ ਤੁਸੀਂ ਇਸ ਮਾਮਲੇ ਵਿੱਚ। ਤੁਹਾਡਾ ਮਨ ਉਸੀ ਜਗ੍ਹਾ ਤੇ ਲੱਗਦਾ ਹੈ ਜਿੱਥੇ ਤੁਸੀਂ ਚਾਹੁੰਦੇ ਹੋ, ਅਨਯਥਾ ਤੁਹਾਡਾ ਮਨ ਕਿਸੇ ਜਗ੍ਹਾ ਤੇ ਨਹੀਂ ਲੱਗਦਾ ਹੈ। ਆਮ ਤੌਰ ਤੇ ਜਿੱਥੇ ਇਹਨਾਂ ਦਾ ਲਾਭ ਫਾਇਦਾ ਹੁੰਦਾ ਹੈ ਉੱਥੇ ਇਹਨਾਂ ਦਾ ਮਨ ਜ਼ਿਆਦਾ ਲੱਗਦਾ ਹੈ। ਇਹਨਾਂ ਨੂੰ ਹਰੇ ਰੰਗ ਦੇ ਕੱਪੜੇ ਜ਼ਿਆਦਾਤਰ ਪਾਉਣੇ ਚਾਹੀਦੇ ਹਨ। ਇਸ ਦੇ ਨਾਲ ਤੁਹਾਨੂੰ ਲਾਭ ਹੋਏਗਾ। ਇਸ ਦੇ ਨਾਲ ਨਾਲ ਤੁਹਾਨੂੰ ਲੌਂਗ ਦਾ ਸੇਵਨ ਕਰਨਾ ਚਾਹੀਦਾ ਹੈ। ਲੌਂਗ ਦਾ ਸੇਵਨ ਕਰਨ ਨਾਲ ਤੁਸੀਂ ਹੋਰ ਜ਼ਿਆਦਾ ਆਪਣਾ ਬੁਢਾਪਾ ਇੰਜੋਏ ਕਰੋਗੇ ਤੇ ਬੁਢਾਪਾ ਤੁਹਾਡਾ ਹੋਰ ਵੀ ਸ਼ਾਨਦਾਰ ਬੀਤੇਗਾ। ਹੁਣ ਗੱਲ ਕਰ ਲੈਂਦੇ ਹਾਂ ਐਕਵੇਰੀਅਸ ਯਾਨੀ ਕਿ ਕੁੰਭ ਰਾਸ਼ੀ ਵਾਲਿਆਂ ਦਾ ਬੁਢਾਪਾ ਕਿਸ ਤਰ੍ਹਾਂ ਦਾ ਬੀਤੇਗਾ। ਤਾਂ ਦੇਖੋ ਜੀ, ਕੁੰਭ ਰਾਸ਼ੀ ਵਾਲਿਓ, ਤੁਹਾਡਾ ਬੁਢਾਪਾ ਥੋੜਾ ਜਿਹਾ ਉਥਲ ਪੁਥਲ ਵਾਲਾ ਹੋ ਸਕਦਾ ਹੈ। ਕਹਿਣ ਦਾ ਮਤਲਬ ਇੱਕ ਪਲ ਵਿੱਚ ਇਹਨਾਂ ਨੂੰ ਲੱਗੇਗਾ ਕਿ ਬਹੁਤ ਸਾਰੀਆਂ ਖੁਸ਼ੀਆਂ ਇਹਨਾਂ ਦੇ ਹੱਥ ਵਿੱਚ ਹੈ ਤੇ ਅਗਲੇ ਹੀ ਪਲ ਹੋ ਸਕਦਾ ਹੈ ਕਿ ਸਾਰੀਆਂ ਖੁਸ਼ੀਆਂ ਤੁਹਾਡੇ ਹੱਥ ਵਿੱਚੋਂ ਨਿਕਲ ਜਾਣ। ਇਸ ਕਰਕੇ ਤੁਹਾਨੂੰ ਇਹਨਾਂ ਸਭ ਗੱਲਾਂ ਦੇ ਲਈ ਦਿਮਾਗੀ ਤੌਰ ਤੇ ਤਿਆਰ ਰਹਿਣਾ ਚਾਹੀਦਾ ਹੈ, ਦਿਮਾਗੀ ਤੌਰ ਤੇ ਰੈਡੀ ਰਹਿਣਾ ਪਏਗਾ। ਤੁਹਾਨੂੰ ਆਪਣੇ ਬੁਢਾਪੇ ਵਾਸਤੇ ਕਾਫੀ ਹੱਦ ਤੱਕ ਸੇਵਿੰਗ ਕਰਨ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ। ਦਿਮਾਗ ਦੇ ਮਾਮਲੇ ਵਿੱਚ ਬਹੁਤ ਤੇਜ਼ ਹੈ ਇਹ ਕੁੰਭ ਰਾਸ਼ੀ। ਇਹ ਆਪਣਾ ਦਿਮਾਗ ਤੇ ਮਨ ਇੱਕ ਜਗ੍ਹਾ ਤੇ ਲਗਾ ਲੈਂਦੇ ਹਨ। ਕਹਿਣ ਦਾ ਮਤਲਬ ਕਿ ਇਹ ਆਪਣਾ ਕੋਈ ਵੀ ਕੰਮ ਬੜੇ ਹੀ ਅੱਛੇ ਤਰੀਕੇ ਨਾਲ ਕਰਦੇ ਹਨ। ਤੁਹਾਨੂੰ ਗੁੱਸੇ ਤੋਂ ਬਚਣਾ ਚਾਹੀਦਾ ਹੈ ਤੇ ਨਾਲ ਦੇ ਨਾਲ ਨਸ਼ੇ ਤੋਂ ਵੀ ਆਪਣਾ ਬਚਾਵ ਕਰਨਾ ਚਾਹੀਦਾ ਹੈ। ਤੁਹਾਡੇ ਵਾਸਤੇ ਸੀਖ ਹੈ ਕਿ ਤੁਹਾਨੂੰ ਜ਼ਿਆਦਾ ਗੁੱਸਾ ਨਹੀਂ ਕਰਨਾ ਚਾਹੀਦਾ ਤੇ ਜੇਕਰ ਤੁਸੀਂ ਕਿਸੇ ਪ੍ਰਕਾਰ ਦਾ ਨਸ਼ੇ ਦਾ ਸੇਵਨ ਕਰਦੇ ਹੋ ਤਾਂ ਉਸ ਨੂੰ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਇਹਨਾਂ ਗੁੱਸੇ ਦੇ ਕਾਰਨ ਤੇ ਨਸ਼ੇ ਦੇ ਕਾਰਨ ਤੁਹਾਨੂੰ ਅੱਗੇ ਆ ਕੇ ਪਰੇਸ਼ਾਨੀਆਂ ਆ ਸਕਦੀਆਂ ਹਨ। ਤੁਹਾਡੇ ਜੋ ਪਰੇਸ਼ਾਨੀਆਂ ਬੁਢਾਪੇ ਵਿੱਚ ਆਉਣ ਵਾਲੀਆਂ ਹਨ ਉਸ ਦੇ ਲਈ ਤੁਹਾਨੂੰ ਰੋਜ਼ ਮੂਲ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਹੋਰ ਦੂਸਰੇ ਤਰ੍ਹਾਂ ਦੇ ਲੋਕ ਜੋ ਮੇਰੀ ਵੀਡੀਓ ਦੇਖ ਰਹੇ ਹਨ ਉਹਨਾਂ ਨੂੰ ਕੁੰਭ ਰਾਸ਼ੀ ਵਾਲਿਆਂ ਨੂੰ ਗਾਇਤਰੀ ਮੰਤਰ ਦਾ ਜਾਪ ਰੋਜ਼ ਕਰਨਾ ਚਾਹੀਦਾ ਹੈ। ਇਹ ਕਰਨ ਦੇ ਨਾਲ ਤੁਹਾਡੇ ਆਉਣ ਵਾਲੇ ਜੀਵਨ ਵਿੱਚ ਜਿਹੜੀਆਂ ਪਰੇਸ਼ਾਨੀਆਂ ਹਨ ਉਹ ਬਹੁਤ ਹੱਦ ਤੱਕ ਘੱਟ ਹੋ ਜਾਣਗੀਆਂ। ਹੁਣ ਗੱਲ ਕਰਦੇ ਹਾਂ ਪਾਈਸਿਸ ਯਾਨੀ ਕਿ ਮੀਨ ਰਾਸ਼ੀ ਵਾਲਿਆਂ ਦਾ ਬੁਢਾਪਾ ਕਿਸ ਤਰ੍ਹਾਂ ਦਾ ਬੀਤੇਗਾ। ਤਾਂ ਦੇਖੋ ਜੀ, ਮੀਨ ਰਾਸ਼ੀ ਵਾਲਿਆਂ ਨੂੰ ਬੁਢਾਪੇ ਵਿੱਚ ਪੈਸਿਆਂ ਦੀ ਤਾਂ ਕੋਈ ਵੀ ਕਮੀ ਨਹੀਂ ਰਹੇਗੀ। ਮੀਨ ਰਾਸ਼ੀ ਵਾਲੇ ਪੈਸਿਆਂ ਦੇ ਲਈ ਕਦੀ ਵੀ ਦੂਸਰਿਆਂ ਦੇ ਸਾਹਮਣੇ ਹੱਥ ਨਹੀਂ ਫੈਲਾਣਗੇ। ਕਹਿਣ ਦੇ ਲਈ ਇਹਨਾਂ ਨੇ ਆਪਣੇ ਬੁਢਾਪੇ ਦੇ ਲਈ ਜੋ ਵੀ ਸੇਵਿੰਗ ਕਰਕੇ ਰੱਖੀ ਹੈ ਉਹ ਇਹਨਾਂ ਨੂੰ ਕੰਮ ਆਏਗੀ। ਔਰ ਮੈਂ ਤੇ ਕਹਾਂਗੀ ਕਿ ਹਰ ਰਾਸ਼ੀ ਦੇ ਲੋਕਾਂ ਨੂੰ ਆਪਣੇ ਬੁਢਾਪੇ ਦੇ ਲਈ ਇਸੀ ਤਰ੍ਹਾਂ ਹੀ ਬਚਤ ਕਰਨੀ ਚਾਹੀਦੀ ਹੈ। ਆਪਣੇ ਬੱਚਿਆਂ ਦੇ ਉੱਪਰ ਟੋਟਲੀ ਡਿਪੈਂਡੈਂਟ ਨਹੀਂ ਰਹਿਣਾ ਚਾਹੀਦਾ ਹੈ। ਮੀਨ ਰਾਸ਼ੀ ਵਾਲੇ ਬੜੇ ਹੀ ਚੰਚਲ ਸੁਭਾਅ ਦੇ ਹੁੰਦੇ ਹਨ, ਫਿਰ ਵੀ ਧਿਆਨ
ਤੇ ਮਨ ਦੀ ਇਕਾਗਰਤਾ ਇਹਨਾਂ ਇਸ ਰਾਸ਼ੀ ਵਾਲਿਆਂ ਨੂੰ ਵਰਦਾਨ ਵਿੱਚ ਮਿਲੀ ਹੋਈ ਹੈ। ਤੁਹਾਨੂੰ ਤਾਮਸਿਕ ਭੋਜਨ ਨਹੀਂ ਖਾਣਾ ਚਾਹੀਦਾ, ਕਹਿਣ ਦਾ ਮਤਲਬ ਜ਼ਿਆਦਾ ਮਸਾਲੇਦਾਰ, ਨਾਨ ਵੈਜ ਜਾਂ ਫਿਰ ਪਿਆਜ ਲਸਣ ਤੋਂ ਥੋੜਾ ਬਚਣਾ ਚਾਹੀਦਾ ਹੈ, ਇਸ ਦੇ ਨਾਲ ਤੁਹਾਡੀ ਸਿਹਤ ਦੇ ਉੱਤੇ ਬੁਰਾ ਅਸਰ ਪੈ ਸਕਦਾ ਹੈ। ਤੁਹਾਨੂੰ ਹਲਕੇ ਨੀਲੇ ਤੇ ਚਿੱਟੇ ਰੰਗ ਦਾ ਖੂਬ ਪ੍ਰਯੋਗ ਕਰਨਾ ਹੈ, ਉਹਦੀਆਂ ਚੀਜ਼ਾਂ ਲਓ ਜਾਂ ਫਿਰ ਉਸੀ ਰੰਗ ਦੇ ਤੁਸੀਂ ਕੱਪੜੇ ਜ਼ਿਆਦਾਤਰ ਪਾਣੇ ਹਨ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਲਾਈਫ ਬੈਟਰ ਹੋ ਜਾਏਗੀ ਤੇ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ। ਤੇ ਐਸੀ ਮੇਰੀ ਅੱਜ ਦੀ ਵੀਡੀਓ, ਜੇਕਰ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੈ ਤਾਂ ਪਲੀਜ਼ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ। ਤੇ ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।